ਸੋ ਬਿਲਕੁਲ ਦੋਸਤੋ ਜੁੜਿਓ ਜੀ ਦੇਸੀ ਵਰਲਡ ਰੇਡੀਓ ਦੇ ਨਾਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਹਰ ਵਾਰ ਦੀ ਤਰ੍ਹਾਂ ਆਪਾਂ ਕਿਸੇ ਆਰਟਿਸਟ ਜਾਂ ਕਿਸੇ ਨਵੀਂ ਉੱਭਰ ਰਹੀ ਸ਼ਖਸੀਅਤ ਦੇ ਤੁਹਾਡੇ ਰੂਬਰੂ ਕਰਾਉਣੇ ਹੁੰਦੇ ਆ। ਸੋ ਦੋਸਤੋ ਇਸ ਵਾਰੀ ਵੀ ਕੁਝ ਖਾਸ ਲੈ ਕੇ ਆਏ ਆ ਜੀ ਕਿਉਂਕਿ ਕਹਿੰਦੇ ਹੁੰਦੇ ਆ ਵੀ ਜੋ ਸੁਣਨ ਵਾਲੀ ਜਿਹੜੀ ਜਨਤਾ ਹੁੰਦੀ ਆ ਸੁਣਨ ਵਾਲੀ ਪਬਲਿਕ ਹੁੰਦੀ ਆ ਸੋ ਜੇ ਉਹਨਾਂ ਦਾ ਰਿਸਪੌਂਸ ਨਾ ਮਿਲੇ ਤਾਂ ਕਹਿੰਦੇ ਉਸ ਤੋਂ ਬਿਨਾਂ ਕੋਈ ਆਰਟਿਸਟ ਉੱਪਰ ਉਚਾਈਆਂ ਤੇ ਨਹੀਂ ਉੱਠ ਸਕਦਾ। ਸੋ ਆਪਾਂ ਇੱਕ ਗੱਲਬਾਤ ਜਿਹਨਾਂ ਨਾਲ ਕਰਨ ਜਾ ਰਹੇ ਹਾਂ ਜੀ ਉਹਨਾਂ ਨੇ ਆਪਣੀਆਂ ਜਿਹੜੀਆਂ ਬੁਲੰਦੀਆਂ ਜਿਹੜੀਆਂ ਉੱਪਰ ਤੱਕ ਜਾਣਾ ਸ਼ੁਰੂ ਕੀਤਾ ਤੁਹਾਡੇ ਸਪੋਰਟ ਦੀ जरूरत है जी। सो सब तो पहला जी स्वागत करांगे अपने गेस्ट का। मैं चाहूंगा जी वो अपने अंदाज नाल अपने आप दा जिहड़ा वेलकम करना अपने रेडियो दे उत्ते ते सत श्री अकाल बाई जी। देसी वर्ल्ड रेडियो सुनने वाले सारे श्रोतियां वालों तुहानूं प्यार भरी सत श्री अकाल जी। सत श्री अकाल जी देसी वर्ल्ड रेडियो नूं मेरे वालों भी प्यार भरी सत श्री अकाल। ते बाई जी की हाल चाल है? पहले तो ठीक ठाक हो जी? हाँ जी वीर जी बहुत वधिया मालक दी कृपा महाराज दी ਜੀ। ਤੇ ਮੈਂ ਇੱਕ ਵਾਰੀ ਫਿਰ ਦੱਸ ਦੇਵਾਂ ਕਿ ਸਾਡੇ ਨਾਲ ਜੁੜ ਚੁੱਕੀ ਨੇ ਜੀ ਜਿਨ੍ਹਾਂ ਦਾ ਗਾਣਾ ਤੁਸੀਂ ਆਪਣੇ ਰੇਡੀਓ ਸੁਣ ਰਹੇ ਹੋ ਵੈਰੀ ਸਿੰਗਾਪੁਰੀਆ ਜੀ ਆਪਣੇ ਨਾਲ ਜੁੜ ਚੁੱਕੇ ਨੇ। ਤੇ ਬਾਈ ਜੀ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਤੁਹਾਡੇ ਇਸ ਨਵੇਂ ਜਿਹੜਾ ਟਰੈਕ ਆਏਗਾ ਜੀ ਅੱਜ ਹੀ ਰਿਲੀਜ਼ ਹੋਇਆ ਟਰੈਕ ਉਹਦੇ ਲਈ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਆ ਜੀ। ਤੁਹਾਨੂੰ ਵੀ ਬਹੁਤ ਮੁਬਾਰਕ ਜੀ। ਤੇ ਬਾਈ ਜੀ ਸਭ ਤੋਂ ਪਹਿਲਾਂ ਤੁਹਾਡੇ ਸ਼ੁਰੂਆਤੀ ਸਫ਼ਰ ਬਾਰੇ ਜਾਣਨਾ ਚਾਹਾਂਗੇ ਆਪਾਂ ਇਸ ਗਾਣੇ ਬਾਰੇ ਗੱਲਬਾਤ ਕਰਦੇ ਹਾਂ। ਉਸ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਪਿੱਛੇ ਚੱਲਦੇ ਹਾਂ ਜੀ ਤੁਹਾਡੇ ਬਚਪਨ ਬਾਰੇ ਸਿੰਗਿੰਗ ਲਾਈਨ ਤੋਂ ਜਿਹੜਾ ਹੈਗਾ ਤੁਹਾਨੂੰ ਗਾਉਣ ਦਾ ਸ਼ੌਂਕ ਜਿਹੜਾ ਬਚਪਨ ਤੋਂ ਸੀ ਜਾਂ ਹੁਣ ਜਾ ਕੇ ਤੁਹਾਨੂੰ ਸ਼ੌਂਕ ਚੜਿਆ ਹੈਗਾ? ਨਹੀਂ ਜੀ ਇਹ ਸ਼ੌਂਕ ਆਪਾਂ ਨੂੰ ਬਚਪਨ ਤਾਂ ਕਦੇ ਵੀ ਨਹੀਂ ਸੀਗਾ ਅਸਲ 'ਚ ਮੇਰੇ ਨਾਲ ਇਹ ਹੱਡ ਬੀਤੀ ਕਹਾਣੀ ਆ ਮੇਰੀ ਇੱਕ ਇਹ। ਅੱਛਾ ਅੱਛਾ ਹਾਂਜੀ ਉਹ ਸ਼ੇਅਰ ਕਰਨਾ ਚਾਹੋਗੇ ਜੀ? ਚਲੋ ਹੁਣ ਸ਼ੇਰ ਤਾਂ ਹੁਣ ਜੇ ਤੁਸੀਂ ਨੇ ਕਹਿ ਦਿੱਤਾ ਤਾਂ ਆਪਦੇ ਦਰਦਾਂ ਨੂੰ ਲੁਕਾਉਣਾ ਵੀ ਕਿਉਂ ਆ। ਜੀ 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 ਚਲੋ ਜਿੰਨੀ ਕਿ ਤੁਸੀਂ ਸ਼ੇਅਰ ਕਰ ਸਕਦੇ ਹੋ ਉਨੀ ਕਿ ਸਾਡੇ ਸਰੋਤਿਆਂ ਨਾਲ ਤਾਂ ਇਹ ਪਤਾ ਲੱਗੇ ਵੀ ਸਿੰਗਿੰਗ ਲਾਈਨ ਵੱਲ ਕਿੱਦਾਂ ਹੈ। ਇਹ ਆਪਾਂ ਸਿੰਗਿੰਗ ਲਾਈਨ ਵੱਲ ਇਸ ਤਰ੍ਹਾਂ ਹੈ ਜੀ ਆਪਣੀ ਇੱਕ ਗਰਲਫ੍ਰੈਂਡ ਹੁੰਦੀ ਸੀ ਤੇ ਚਲੋ ਉਹ ਆਪਣੇ ਨਾਲ ਵਧੀਆ ਮੇਲ ਮਿਲਾਪ ਸੀ ਉਸਦਾ ਤੇ ਉਹਨੂੰ ਆਪਾਂ ਨੇ ਕਹਿਣਾ ਕਿ ਆਪਾਂ ਸਿੰਗਿੰਗ ਕਰਦੇ ਹਾਂ ਉਹ ਮੇਰਾ ਯਕੀਨ ਨਹੀਂ ਮੰਨਦੀ ਸੀ ਤੇ ਮੈਂ ਕਿਸੇ ਹੋਰ ਕਲਾਕਾਰਾਂ ਦੇ ਸੌਂਗ ਉਹਨੂੰ ਸੁਣਾ ਦੇਣੇ ਵੀ ਆਹ ਨੇ ਸਿਰਫ ਮੈਂ ਇਕੱਲਾ ਉਹਨੂੰ ਹੀ ਸੁਣਾਉਂਦਾ ਸੀ ਸੌਂਗ ਹੋਰ ਕਿਸੇ ਨੂੰ ਨਹੀਂ ਸੁਣਾਏ ਸੀਗੇ। ਤੇ ਤਕਰੀਬਨ ਫਿਰ ਉਹ ਕਹਿੰਦੀ ਤੂੰ ਕੀ ਕਰੇਂਗਾ ਤੈਂ ਜ਼ਿੰਦਗੀ 'ਚ ਕੁਛ ਨਹੀਂ ਕਰਨਾ। ਮੈਂ ਫਿਰ ਮੇਰੇ ਖਿਆਲ ਇੱਕ ਸਾਲ ਪੂਰੀ ਮਿਹਨਤ ਕੀਤੀ ਰੱਜ ਕੇ ਓਕੇ ਮਿਹਨਤ ਕਰਨ ਤੋਂ ਬਾਅਦ ਮੇਰਾ ਫਿਰ ਪਹਿਲਾ ਸੌਂਗ ਆਇਆ ਕਬਜ਼ਾ। ਓਕੇ ਕਬਜ਼ਾ ਸੌਂਗ ਦਾ ਮੈਂ ਪੋਸਟਰ ਉਹਦੇ ਘਰ ਮੂਹਰੇ ਲਾ ਤਾ। ਓਕੇ ਤੇ ਹੁਣ ਮੇਰੀ ਨੈਕਸਟ ਜਿਸ ਤਰ੍ਹਾਂ ਮੇਰੇ ਨਾਲ ਬੀਤੀ ਆ ਇਹ ਆਸ਼ਕੀ ਤੇ ਇਹ ਮੇਰਾ ਨੈਕਸਟ ਸੌਂਗ ਆ ਰਿਹਾ ਪ੍ਰਪੋਜ਼। ਓਕੇ 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 ਕਹਿੰਦਾ ਮਤਲਬ ਵੀ ਉਦੋਂ ਦਿਲ ਨੂੰ ਠੇਸ ਪਹੁੰਚੀ ਤੇ ਉਹ ਤੁਹਾਨੂੰ ਉਦੋਂ ਉਹਨੇ ਸਿੰਗਿੰਗ ਬਣਨ ਨੂੰ ਮਜਬੂਰ ਕਰਤਾ ਸਿੰਗਰ ਐਜ਼ ਅ ਪ੍ਰੋਫੈਸ਼ਨਲ ਸਿੰਗਰ ਬਣਨ ਨੂੰ ਮਜਬੂਰ ਕਰਤਾ। ਹਾਂਜੀ 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 ਅੱਛਾ ਅੱਛਾ ਤੇ ਤੁਹਾਡਾ ਉਸ ਗਾਣੇ ਤੋਂ ਬਾਅਦ ਇੱਕ ਵਿਆਹ ਗਾਣਾ ਵੀ ਆਇਆ ਸੀ ਮੈਨੂੰ ਲੱਗਦਾ ਉਹ ਵੀ ਕਿਤੇ ਨਾ ਕਿਤੇ ਡੈਡੀਕੇਟ ਸੀਗਾ? ਹਾਂਜੀ ਵਿਆਹ ਗੀਤ ਜੀ ਆਪਣੇ ਪ੍ਰਦੀਪ ਕੱਦੋਂ ਦਾ ਇਹ ਕੱਦੋਂ ਵਾਲੇ ਗੀਤ ਦਾ ਜੀ ਜਿਵੇਂ ਪਹਿਲਾਂ JGB ਨੇ ਗਾਣੇ ਗਾਏ ਸੀ ਉਹਨਾਂ ਦੇ ਘਰ 'ਚੋਂ ਹੀ ਆ ਕੱਦੋਂ ਵਾਲੇ ਗੀਤ ਉਹਦਾ ਹੀ ਜਾਣੀ ਘਰ 'ਚੋਂ ਜਾਣੀ ਚਾਚੇ ਦਾ ਤਾਏ ਦਾ ਮੁੰਡਾ ਲਾ ਲਓ ਉਹਨਾਂ ਨੇ ਆਪਾਂ ਨੂੰ ਸੌਂਗ ਦਿੱਤਾ ਜੀ। ਮੇਰਾ ਮੇਲਾ ਸੀਗਾ ਸੌਰੀ ਜਲੰਧਰ ਮੇਰਾ ਸ਼ੋਅ ਸੀਗਾ। ਸ਼ੋਅ ਤੋਂ ਜਦ ਮੈਂ ਵਾਪਸ ਪਰਤ ਰਿਹਾ ਸੀ ਤਾਂ ਮੈਨੂੰ ਮਿਲ ਗਿਆ ਕਹਿੰਦਾ ਵੀਰੇ ਆਪਾਂ ਨੇ ਇੱਕ ਸੌਂਗ ਦੇਣਾ ਤੈਨੂੰ ਮੈਨੂੰ ਉਹਦਾ ਸੌਂਗ ਇਹ ਪਸੰਦ ਆਇਆ। ਮੈਂ ਕਿਹਾ ਚਲੋ ਯਾਰ ਆਪਾਂ ਤੇਰਾ ਇਹ ਸੌਂਗ ਡਨ ਕਰਾਂਗੇ। ਓਕੇ ਓਕੇ ਠੀਕ ਹੈ ਸੋ ਹਾਂਜੀ ਜੀ ਉਸ ਦੀ ਆਪਾਂ ਗੱਲ ਕਰੀਏ ਉਸ ਟਾਈਮ ਦੇ ਵਿੱਚ ਕੀ ਪਰਿਵਾਰ ਦੀ ਤੁਹਾਡੇ ਨਾਲ ਸਪੋਰਟ ਸੀ ਇਸ ਲਾਈਨ ਵਿੱਚ ਆਉਣ ਲਈ ਸਿੰਗਿੰਗ ਲਾਈਨ ਵੱਲ ਵੀ ਪਰਿਵਾਰ ਨੇ ਪੂਰਾ ਸਪੋਰਟ ਕੀਤਾ ਤੁਹਾਨੂੰ? ਨਹੀਂ ਜੀ ਨਹੀਂ ਕਿਸੇ ਨੇ ਸਪੋਰਟ ਨਹੀਂ ਕੀਤਾ ਇਹ ਤਾਂ ਬਸ ਆਪ ਹੀ ਲੱਗੇ ਰਿਹਾ ਥੋੜ੍ਹਾ ਅਸਾਂ ਇੱਕ ਮੇਰੀ ਛੋਟੀ ਬੇਟੀ ਆ ਉਹਨੇ ਮੈਨੂੰ ਬਹੁਤ ਸਪੋਰਟ ਕੀਤੀ ਆ ਉਹ ਇਸ ਸਮੇਂ 7 ਸਾਲ ਦੀ ਹੋਊਗੀ। ਓਕੇ 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 ਹਰਸਿਮਰਨ ਉਹ ਤਾਂ ਕਹਿੰਦੇ ਉਹਨੇ ਜਿਸ ਤਰ੍ਹਾਂ ਕਹਿੰਦੇ ਨੇ ਪਿੰਡਾਂ 'ਚ ਡੈਡੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਤੁਸੀਂ ਲੱਗੇ ਰਹੋ। ਓਕੇ 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 ਚਲੋ ਕਹਿੰਦੇ ਹੁੰਦੇ ਨਾ ਵੀ ਬੱਚੇ ਕਹਿੰਦੇ ਰੱਬ ਦਾ ਰੂਪ ਹੁੰਦੇ ਆ ਉਹ ਹਮੇਸ਼ਾ ਸੱਚ ਹੀ ਕਹਿੰਦੇ ਜੋ ਵੀ ਕਹਿੰਦੇ ਆ। ਹਾਂਜੀ ਹਾਂਜੀ ਜੀ ਤੇ ਨਾਲ ਹੀ ਨਾਲ ਜੇ ਆਪਾਂ ਗੱਲਬਾਤ ਕਰੀਏ ਤੁਹਾਡਾ ਹੁਣ ਰੀਸੈਂਟਲੀ ਜਿਹੜਾ ਟਰੈਕ ਹੈਗਾ ਵੈਰੀ ਉਹਦੇ ਬਾਰੇ ਗੱਲਬਾਤ ਕਰਨਾ ਚਾਹਾਂਗੇ ਜੀ। ਉਹ ਗਾਣਾ ਬੇਸਿਕਲੀ ਕਿਹਨਾਂ ਦਾ ਲਿਖਿਆ ਹੈਗਾ ਗਾਣਾ ਹੈਗਾ ਗਾ ਤੇ ਇਸ ਬਾਰੇ ਕੀ ਗੱਲਬਾਤ ਕਰਨਾ ਚਾਹੋ? ਇਹ ਵੈਰੀ ਸੌਂਗ ਜੀ ਮੈਂ ਹੀ ਲਿਖਿਆ ਸੀਗਾ ਇਹ ਅੱਜ ਤੋਂ 2 ਮਹੀਨੇ ਪਹਿਲਾਂ ਮੈਂ ਲਿਖ ਲਿਆ ਸੀਗਾ। ਇਹ 'ਚ ਮੈਂ ਸੋਚਿਆ ਵੀ ਅੱਜ ਦੀ ਘੜੀ 'ਚ ਜਿਵੇਂ ਯਾਰਾਂ ਦੋਸਤਾਂ 'ਚ ਕਿਉਂ ਕਮੀ ਆ ਰਹੀ ਆ ਜਿਵੇਂ ਇਹਦੇ ਵਿੱਚ ਗਾਣੇ ਦੀ ਵੀਡੀਓ ਦੇਖੋ ਨਾ ਤੁਸੀਂ ਪ੍ਰੋਪਰ ਤਰੀਕੇ ਨਾਲ ਇਸ ਨੂੰ ਆਪਣੇ ਇਸ ਢੰਗ ਨਾਲ ਸ਼ੂਟ ਕੀਤਾ ਵੀ ਧੀਆਂ ਭੈਣਾਂ ਬਜ਼ੁਰਗ हर एक बजुर्ग बंदा भी देख सकता इस गाने नूं। जिस तरह पहला यार दोस्तां नूं बुलाउणा अगला घरे कहता सी आओ वीर जी चाह पीओ रोटी खवाओ, तो अज की घड़ी अगला दूर ही कहता वीर जी सत श्री अकाल चाह पियाइए, तो बाहर किसी ढाबे ते जां बाहर किसी दुकान ते ही पियाउंदे ने चाह। और लोकां 'च प्यार घट गया, प्यार इस करके घटिया भी मन कर लो हुण कोई यार दोस्त किसी के घर जाता उसकी भैन भी अपनी वो भैन होंदी आ, पर यारी दोस्ती दे विच उहते भी माड़ी निगाह रखते ने। इस करके गाने का मेरा मुख मकसद यही सीगा भी मैं लोगों नूं दसां कि भी यारी दोस्ती 'च फर्क क्यों पै रहा, हुण वो समा क्यों बदल गया। बिल्कुल मेनली कहण दा मतलब भी गाना तुहाडा जिवें आपां गल करिए जिवें लोक तत्त हुंदे आ उस टाइप दा गाना जिहड़ा। हाँ जी हाँ लोग तो थे समझ लो जी तुसी। जी जी बिल्कुल बिल्कुल। तो उस गाने मतलब वो प्रॉपर वीडियो शूट की थी, तो जो अच्छ गलबात करिए क्या फैमिली वालों सपोर्ट नहीं थी अज तो टीवी से देखा जाऊगा अज तो बाद टीवी के उत्ते, तो कि नजरिया होगा अज तो बाद तुहानूं की लगता? मैनूं बहुत खुशी हुंदी है जी चलो भी आप टीवी आ गए। हाँ एक हासी वाली गल तुहानूं ये सुणाउणा भी मेरा फेसबुक पर काफ़ी चिर का अकाउंट सीगा, मैनूं कदे भी जन्मदिन की बधाई नहीं आई, इस बारी बहुत बधाइयां आईयां। अच्छा क्या बात है, हैप्पी बर्थडे दियां। मैं सोचा भी चलो मालक ने सानू भी किसी नाल जुड़न जोगा करता, चलो साडी कोई ना कोई तां फैन फॉलोइंग वध रही आ। जी जी बिल्कुल 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 बहुत खुशी हुई। फिर उस उत्साह नूं लैके मैं ये कढ़ता ते नैक्सट ट्रैक दी असीं हुणे तों ही तैयारी करन लग चुके। क्या बात है क्या बात है। तो मैं हुण ये भी चाहूँगा कि दो बोल तुहाडे इस गाने दे हो जाण साडे श्रोतिआं लई, दो बोल तुहाडी आवाज़ दे विच लाइव। हाँ जी जरूर। ओ खाके लूण कदे ना हराम करिए, हो यार नू ना कदे बदनाम करिए, जेड़ा करे धोखा छड्डना ही चाहिदा, बैरी दा तां कंडा कड्ढना ही चाहिदा, बैरी दा तां कंडा कड्ढना ही चाहिदा। ये अपना सॉन्ग है जी। क्या बात है जी क्या बात है दोस्तों। बिल्कुल वैरी गाना जोड़ा है सिंगापुरी का, सर्च करना तो यूट्यूब के उत्तर वीडियो जरूर देख सकते हो गाने का, तो वध तो वध सपोर्ट करना क्योंकि तुहाडे सपोर्ट की तुहाडे प्यार की बहुत जरूरत आ। तो जिवें कि तुसीं बाई जी अपकमिंग अपने प्रोजैक्ट दस दिते कि अपकमिंग तुसीं सॉन्ग कर रहे हो, तो इस तो इलावा जिहड़े हैगा कदों तक जिहड़ा हैगा सानूं अगला सॉन्ग जिहड़ा स्रोतिआं नूं मिलूगा? ਉਹਦੀ ਜੀ बस तैयारी चल रही है, 2 महीने के ਵਿੱਚ मिल जू। असल 'ਚ ना वीडियो रेडी ਕਰਨ ਨੂੰ टाइम लग ਜਾਂਦਾ, ਆਡੀਓ ਤਾਂ ਜਲਦੀ ਹੋ ਜਾਂਦਾ। ਵੀਡੀਓ ਲਈ ਨਾ ਸਾਨੂੰ ਲੋਕੇਸ਼ਨਾਂ ਆਪ ਦੇਖਣੀਆਂ ਪੈਂਦੀਆਂ ਨੇ, ਜਿਸ ਤਰ੍ਹਾਂ ਇਸ ਗਾਣੇ ਦਾ ਵੀ ਕੰਮ ਮੈਂ ਆਪ ਹੀ ਕੀਤਾ, ਸਟੋਰੀ ਵੀ ਮੇਰੀ ਸੀ, ਡਾਇਰੈਕਸ਼ਨ ਵੀ ਮੇਰੀ ਸੀ, ਸਭ ਕੁਝ ਮੈਂ ਹੀ ਕੀਤਾ ਸੀ। ਹੁਣ ਜਿਹੜਾ ਨੈਕਸਟ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਪ੍ਰਪੋਜ਼, ਉਹਦੇ ਵਾਸਤੇ ਅਸੀਂ ਜਗ੍ਹਾ ਹੁਣੇ ਤੋਂ ਹੀ ਦੇਖਣੀ ਸ਼ੁਰੂ ਕਰਤੀ। ओके तुसीं वीडियो की गल की, तो पूछना चाहवांगे कि गाने का वीडियो च आना एक वीडियो के रूप के लोगों के सामने आना कितना जरूरी है आडियो के मुकाबले? देखो जी अज की घड़ी च आडियो नूं लोग घट दे सुनते तो जरूर ने, पर घट जिन्ना वीडियो देखते हैं। वीडियो भी वो वधिया लगती है उन्होंने जिमें भी परिवारक होवे। इहदी मैंने कई बार मेरे दिमाग च आंदी गल, मैं हरजीत अरमन नूं बहुत इस नज़रिए नाल देखदा भी बहुत वधिया बंदा, उसकी अज पछाण पंजाबी लोक गायक वल्लों हो रही आ। उसदे कोई भी गाना देख लो तुसीं परिवारक हुंदा, उसनूं अज बजुर्ग बच्चे मावां धीआं भैणां हरेक प्यार दिंदा हरजीत अरमन नूं। ਆਪਾਂ ਵੀ ਇਹੀ ਚਾਹੁੰਦੇ ਹਾਂ ਵੀ ਆਪਣੇ ਗਾਣੇ ਇਹੋ ਜਿਹੇ ਹੋਣ ਵੀ ਬਜ਼ੁਰਗ ਮਾਵਾਂ ਧੀਆਂ ਭੈਣਾਂ ਸੁਣਨ, ਹਰੇਕ ਕਹਿਣ ਹਾਂ ਵੀ ਆ ਸਿੰਘਾਪੁਰੀਆ ਨੇ ਬਹੁਤ ਵਧੀਆ ਸੌਂਗ ਕੀਤਾ। जी 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 चलो यही दुआ करते हैं रब अगे कि जल्दी जोड़ा है थोड़ी एक वधिया तरीके जिमें जिमें तुसीं दस रहे हो उस तरीके पहचान बने, तो आने वाले जोड़े होर प्रोजैक्ट है जोड़ा हूँ गाना है ये भी लोगों को बहुत पसंद आए। तो जाते जाते जोड़े सारे स्रोत जोड़े तुहानूं देशों विदेशों में बैठे सुन रहे हैं, उन्होंने वास्ते की मैसेज देना चाहोगे? उन्होंने वास्ते मैं कहना चाहूँगा कि देखो जिमें हुण अज की घड़ी च फेसबुक पर बहुत गाह पिया होया, ਜਿਹੜੇ कलाकार ਜੈਨੂਅਲ ने ਜਾਂ ਵਧੀਆ ਤੁਹਾਨੂੰ ਪਰਿਵਾਰਕ ਗੀਤ ਦੇ ਰਹੇ ਨੇ ਉਹਨਾਂ ਨੂੰ ਵੱਧ ਤਰਜੀਹ ਦਿਆ ਕਰੋ। ਜ਼ਰੂਰੀ ਨਹੀਂ ਕਿ ਆਪਾਂ ਗੰਦੇ ਲੈਕਚਰ ਵਾਲੇ ਜਾਂ ਹੋਰ ਗੀਤਾਂ ਨੂੰ ਵੱਧ ਸਪੋਰਟ ਕਰੋ, ਯਾਨੀ ਤੁਸੀਂ ਇੰਨਾ ਕਰੋ ਵੀ ਕਲਾਕਾਰ ਉੱਭਰੇ ਤੇ ਪਰਿਵਾਰਕ ਗੀਤ। ਅੱਜ ਦੀ ਘੜੀ 'ਚ ਜਿਵੇਂ ਆਪਾਂ ਟੀਵੀ ਦੇਖਦੇ ਹਾਂ, ਟੀਵੀ ਦੇ ਵਿੱਚ ਕੋਈ ਇਹੋ ਜਿਹਾ ਸੀਨ ਆਉਂਦਾ ਕਿਉਂਕਿ ਅੱਜ ਕੱਲ੍ਹ ਬੱਚੇ ਮਾਵਾਂ ਸਭ ਬਰਾਬਰ ਹੀ ਬਹਿੰਦੇ ਨੇ ਅੱਜ ਕੱਲ੍ਹ, ਹੁਣ ਉਹ ਗੱਲ ਤਾਂ ਹੈ ਨਹੀਂ ਗੀ। फिर कई बार मैनू भी मैं कई बार फिल्म देखता हूँ, कई बार बच्चे कोल ही बैठे होंगे ने जब उत्ते सीन आते हैं ना गलत, फिर मैं बहुत फील करता। मैं कहा दस यार हुण बंदा की करे। साफ सुथरे तो सभ्याचारक गाणियां नूं प्यार देण ते ओह कलाकारां दा हौसला वधाया करना। जी जी बिल्कुल बिल्कुल जी। तो बहुत वधिया लगे भाई जी ਤੁਹਾਡੇ ਨਾਲ ਗੱਲਬਾਤ ਕਰਕੇ, ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੇ ਨਾਲ ਜੁੜੇ, ਸਾਡੇ ਸਰੋਤਿਆਂ ਦੇ ਰੂਬਰੂ ਹੋਏ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ, ਬਹੁਤ ਧੰਨਵਾਦ ਜੀ ਤੁਹਾਡਾ ਵੀ। ਦੇਸੀ ਵਰਲਡ ਰੇਡੀਓ ਦਾ ਮੈਂ ਇੱਕ ਵਾਰੀ ਫੇਰ ਤਹਿ ਦਿਲੋਂ ਧੰਨਵਾਦ ਕਰਦਾ ਜੋ ਕਿ ਮੇਰੀ ਦੂਰ ਤੱਕ ਆਵਾਜ਼ ਪਹੁੰਚਾ ਰਹੇ ਨੇ। जी जी बिल्कुल बिल्कुल। तो दोस्तों बिल्कुल आओ फिर तुहानूं बाई होरां दा ही गाना सुनाउणे, जेहड़ा नवां जेहड़ा रिलीज होया गाना, अच्छी रिलीज होया वैरिस, वो गाना तुहानूं सुनाउने। करो इस गाने नूं एंजॉय, इसी तरह बने रहो ते सुनदे रहो देसी वर्ल्ड रेडियो।